ਪੰਜਾਬ ਦੇ ਵਿੱਚ ਲਗਾਤਾਰ ਭਾਜਪਾ ਆਗੂਆਂ ਦਾ ਵਿਰੋਧ ਜਾਰੀ ਹੈ ਤਾਂ ਇਸੇ ਦੌਰਾਨ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਭਾਜਪਾ ਆਗੂ ਰਾਣੀ ਪਰਨੀਤ ਕੌਰ ਦਾ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਚੱਲਦੀ ਗੱਡੀਆਂ ਦੇ ਕਾਫਲੇ ਦੇ ਵਿੱਚ ਇੱਕ ਕਿਸਾਨੀ ਗੱਡੀ ਜਿਹੜਾ ਕਿ ਉਹਨਾਂ ਦਾ ਵਿਰੋਧ ਕਰ ਰਹੀ ਸੀ ਤਾਂ ਇਸ ਦੌਰਾਨ ਵਾਲ ਹਾਦਸਾ ਹੁੰਦੇ ਇੱਕ ਕਾਰ ਬਚੀ ਆ ਤਾਂ ਮੌਕੇ ਦੀ ਇੱਕ ਤਸਵੀਰ ਸਾਹਮਣੇ ਆਈ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮਹਾਰਾਣੀ ਪਰਨੀਤ ਕੌਰ ਦਾ ਕਾਫਲਾ ਲੰਘ ਰਿਹਾ ਹੁੰਦਾ ਹੈ ਅਤੇ ਇਸ ਦੇ ਪਿੱਛੇ ਕਿਸਾਨਾਂ ਦੀ ਇੱਕ ਗੱਡੀ ਜਾ ਰਹੀ ਹੁੰਦੀ ਹੈ ਤਾਂ ਕਿਸਾਨਾਂ ਦੀ ਗੱਡੀ ਰੋਂਗ ਸਾਈਡ ਵੱਲ ਨੂੰ ਹੋ ਕੇ ਜਾ ਰਹੀ ਹੁੰਦੀ ਹੈ ਤਾਂ ਸਾਹਮਣੇ ਤੋਂ ਇੱਕ ਹੋਰ ਮਰੂਤੀ ਕਾਰ ਆ ਜਾਂਦੀ ਹੈ ਜਿੱਥੇ ਕਿ ਵਾਲ ਹਾਦਸਾ ਹੁੰਦੇ ਬਚਦੇ ਆ ਤਾਂ ਵੱਡਾ ਹਾਦਸਾ ਹੋ ਸਕਦਾ ਸੀ ਤਾਂ ਪ੍ਰਦਰਸ਼ਨ ਕਰ ਰਹੇ ਸੀ ਕਿਸਾਨ ਰਾਣੀ ਪਰਨੀਤ ਕੌਰ ਦੇ ਖਿਲਾਫ ਤਾਂ ਚੱਲਦੀ ਗੱਡੀ ਦਾ ਕਾਫਲਾ ਸੀ ਜਿੱਥੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਦੱਸ ਦਈਏ ਕਿ ਨਾਭਾ ਦੇ ਵਿੱਚ ਰਾਣੀ ਪਰਨੀਤ ਕੌਰ ਲੋਕਾਂ ਦੇ ਨਾਲ ਮਿਲਣ ਗਏ ਸੀ ਤਾਂ ਇਸੇ ਦੌਰਾਨ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਜਦੋਂ ਉਹ ਉੱਥੋਂ ਜਾ ਰਹੇ ਹੁੰਦੇ ਆ ਤਾਂ ਉਹਨਾਂ ਦੇ ਪਿੱਛੇ ਕਿਸਾਨਾਂ ਦੀ ਗੱਡੀ ਲੱਗ ਜਾਂਦੀ ਹੈ ਤਾਂ ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਹੁੰਦੇ ਆ ਤਾਂ ਸਾਹਮਣੇ ਤੋਂ ਇੱਕ ਹੋਰ ਗੱਡੀ ਆ ਜਾਂਦੀ ਹੈ ਜਿੱਥੇ ਕਿ ਹਾਦਸਾ ਹੋ ਸਕਦਾ ਸੀ ਪਰ ਵਾਲ ਉੱਥੋਂ ਬਚ ਜਾਂਦੀ ਹੈ ਤਾਂ ਕਿਸਾਨੀ ਗੱਡੀ ਕੱਚੇ ਰਸਤੇ 'ਤੇ ਉਤਰ ਜਾਂਦੀ ਹੈ ਜਿਸ ਕਰਕੇ ਹਾਦਸਾ ਬਚ ਜਾਂਦਾ ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਹਾਦਸਾ ਹੋ ਸਕਦਾ ਸੀ ਪਰ ਵਾਲ ਉੱਥੇ ਬਚਤ ਰਹਿ ਗਈ। ਦੇਖੋ ਇਹਨਾਂ ਦਾ ਆਪਣਾ ਏਜੰਡਾ ਹੈ, ਇਹ ਆਪਣਾ ਕਰ ਰਹੇ ਨੇ, ਅਸੀਂ ਆਪਣਾ ਕੰਮ ਕਰਨਾ, ਸਾਰਿਆਂ ਦੇ ਆਪਣੇ ਆਪਣੇ ਹੱਕ ਨੇ। ਉਹ ਇਹਨਾਂ ਨੂੰ ਵੈਸੇ ਇਹਨਾਂ ਨੇ ਆਪਣੇ ਤੌਰ ਤਰੀਕਾ ਵਰਤਿਆ ਹੈ, ਜੇ ਇਹਨਾਂ ਨੂੰ ਨਹੀਂ ਚਾਹੀਦਾ ਤੇ ਪ੍ਰਚਾਰ ਕਰਨ ਵੀ ਨਾ ਪਾਉ ਬੀਜੇਪੀ ਨੂੰ ਵੋਟਾਂ। ਲੇਕਿਨ ਇਸ ਤਰ੍ਹਾਂ ਪ੍ਰੋਟੈਸਟ ਜਾਇਜ਼ ਇਹਨਾਂ ਦਾ ਜਿਸ ਤਰ੍ਹਾਂ ਕਰਦੇ ਨੇ? ਦੇਖੋ ਇਲੈਕਸ਼ਨ ਦੇ ਵਿੱਚ ਹੁਣ ਇਲੈਕਸ਼ਨ ਕਮਿਸ਼ਨ ਹੀ ਡਿਸਾਈਡ ਕਰੂਗੀ ਕੀ ਹੈ ਕੀ ਨਹੀਂ, ਪਰ ਇਹ ਇਹਨਾਂ ਦਾ ਤਰੀਕਾ ਹੈਗਾ, ਇਹ ਕਰ ਰਹੇ ਨੇ, ਅਸੀਂ ਆਪਣਾ ਕਰੀ ਜਾ ਰਹੇ, ਅਸੀਂ ਕੰਮ ਨਹੀਂ ਰੋਕਣਾ ਆਪਣਾ। ਇਹ ਮੈਂ ਨਹੀਂ ਕਹਿ ਸਕਦੀ ਜੀ, ਉਹਨਾਂ ਨੂੰ ਪੁੱਛੋ ਤੁਸੀਂ, ਉਹ ਦੱਸ ਦੇਣਗੇ। ਜਿਸ ਤਰੀਕੇ ਨਾਲ ਇਹਨਾਂ ਨੇ ਘੇਰਨ ਦੀ ਕੋਸ਼ਿਸ਼ ਕੀਤੀ ਗੱਡੀ ਵਿੱਚ ਮਾਰਨੀ ਦੀ, ਜਿਹੜਾ ਮੈਂ ਵੀ ਦੇਖਿਆ, ਕੀ ਕਹਿਣਾ ਚਾਹੁੰਦਾ, ਮਾਲੀ ਨੁਕਸਾਨ ਵੀ ਹੋ ਸਕਦਾ ਜੀ ਇਸ ਤਰ੍ਹਾਂ? ਦੇਖੋ ਹੋਇਆ ਨਹੀਂ ਤਾਂ ਹੋ ਸਕਦਾ, ਪਤਾ ਨਹੀਂ, ਦੇਖਦੇ ਹਾਂ, ਹਲੇ ਤੱਕ ਤਾਂ ਠੀਕ ਹੈ। ਪ੍ਰੋਟੈਸਟ ਆਪਣੀ ਚੀਜ਼ ਦੀ ਕਰੋ, ਦੂਜਿਆਂ ਨੂੰ ਨਾ ਰੋਕੋ, ਦੂਜਿਆਂ ਦੇ ਜਿਹੜੇ ਹੱਕ ਨੇ। ਕੋਈ ਐਕਸ਼ਨ ਲਿਆ ਜਾ ਸਕਦਾ ਇਲੈਕਸ਼ਨ ਕਮਿਸ਼ਨ ਵੱਲੋਂ ਇਸ ਤਰ੍ਹਾਂ? ਮੈਂ ਕਹਿ ਨਹੀਂ ਸਕਦੀ ਜੀ, ਤੁਸੀਂ